ਸਤਿ ਸ਼੍ਰੀ ਅਕਾਲ ਜੀ ਸਾਹਿਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰਾਂ ਦੇ ਇਸ ਬੁਲੇਟਿਨ ਵਿੱਚ ਮੈਂ ਹਮਨ ਕੋਲੀ ਤੇ ਆਉਂ ਨਜ਼ਰ ਮਾਰਦੇ ਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਪ੍ਰੋਫੈਸਰ ਦਿਨੇਸ਼ ਕੁਮਾਰ ਸਿੰਘ ਬਣੇ ایمਸ ਬਠਿੰਡਾ ਦੇ ਡਾਇਰੈਕਟਰ ਬੀ ਐਚ ਯੂ ਸਥਿਤ ਐਨਥੀਸੀਆ ਵਿਭਾਗ ਦੇ ਪ੍ਰੋਫੈਸਰ ਦਿਨੇਸ਼ ਕੁਮਾਰ ਸਿੰਘ ਨੇ ایمਸ ਬਠਿੰਡਾ ਦੇ ਨਿਰਦੇਸ਼ਕ ਵਜੋਂ ਕਾਰਜਕਾਲ ਸੰਭਾਲ ਲਿਆ ਐ ਪੀ ਆਰਓ ਡਾਕਟਰ ਰਜੇਸ਼ ਸਿੰਘ ਮੁਤਾਬਿਕ ਇਹ ਪਹਿਲੀ ਵਾਰ ਹੈ ਕਿ ਜਦੋਂ ਵੀ ਐਚ ਪੀ ਦੀ ਡਾਕਟਰੀ ਵਿਗਿਆਨ ਸੰਸਥਾ ਦੀ ਕਿਸੇ ਸ਼ਖਸੀਅਤ ਨੂੰ ایمਸ ਦੇ ਨਿਰਦੇਸ਼ਕ ਦੀ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਗਈ ਹੋਵੇ ਪ੍ਰੋਫੈਸਰ ਸਿੰਘ ਇਸ ਤੋਂ ਪਹਿਲਾਂ ਰਾਜੇਂਦਰਾ ਆਯੁਰਵਿਗਿਆਨ ਸੰਸਥਾ ਰਾਂਚੀ ਦੇ ਨਿਰਦੇਸ਼ਕ ਦੇ ਅਹੁਦੇ ਦੇਤੇ ਤਨਾਤਸਨ ਅੰਤਨਾਗ ਖਿਸਬੁਲ ਦਾ ਕਮਾਂਡਰ ਮਸੂਦ ਦੇ ਢੇਰ ਡੋਡਾ ਝੁਲਾ ਵੀ ਹੋਇਆ ਅਤੰਗਵਾਦ ਤੋਂ ਮੁਕਤ ਜੰਮੂ ਕਸ਼ਮੀਰ ਤੇ ਅੰਤਨਾਗ ਚ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਨੇ ਤਿੰਨ ਅਤਵਾਦੀਆਂ ਨੂੰ ਢੇਰ ਕਰ ਦਿੱਤਾ ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਖ ਸਿੰਘ ਮੁਤਾਬਿਕ ਅੰਤਨਾਗ ਦੇ ਕੁਲਚੋਹਰ ਇਲਾਕੇ 'ਚ ਹੋਈ ਇਸ ਮੁਠਪੇੜ ਦੌਰਾਨ ਮਾਰੇ ਗਏ ਅਤਵਾਦੀਆਂ 'ਚ ਦੋ ਲਸ਼ਕਰ ਅਤੇ ਇੱਕ ਹিজਬੁੱਲ ਕਮਾਂਡਰ ਮਸੂਦ ਅਹਿਮਦ ਪਟ ਸ਼ਾਮਿਲ ਹੈ ਉਹਨਾਂ ਦੱਸਿਆ ਹੈ ਕਿ ਮਸੂਦ ਡੋਡਾ ਦਾ ਇਕਲੌਤਾ ਅਤਵਾਦੀ ਸੀ ਜਿਹੜਾ ਜ਼ਿੰਦਾ ਬਚਿਆ ਹੋਇਆ ਸੀ ਉਹਨਾਂ ਕਹਿ ਕੇ ਮਸੂਦ ਦੇ ਮਾਰੇ ਜਾਣ ਤੋਂ ਬਾਅਦ ਹੁਣ ਡੋਡਾ ਅਤਵਾਦ ਮੁਕਤ ਇਲਾਕਾ ਬਣ ਗਿਆ ਹੈ ਕੇਜਰੀਵਾਲ ਦਾ ਐਲਾਨ ਕਰੋਨਾ ਨਾਲ ਲੜਾਈ ਲਈ ਬਣੇਗਾ ਪਲਾਜ਼ਮਾ ਬੈਂਕ ਦੇਸ਼ ਦੀ ਰਾਜਧਾਨੀ ਦਿੱਲੀ 'ਚ ਕਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਇਸੇ ਸੰਕਟ ਵਿਚਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਕੀਤੀ ਇਸ ਦੌਰਾਨ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਦਿੱਲੀ 'ਚ ਪਲਾਜ਼ਮਾ ਬੈਂਕ ਬਣਾਉਣਗੇ ਇਸ 'ਚ ਜਿਹੜਾ ਵੀ ਵਿਅਕਤੀ ਕਰੋਨਾ ਵਾਇਰਸ ਨੂੰ maat ਦੇ ਕੇ ਠੀਕ ਹੋਇਆ ਹੈ ਉਹ ਆਪਣਾ ਪਲਾਜ਼ਮਾ ਦੇ ਸਕਦਾ ਹੈ कोरोना ਦੇ ਵੱਡੇ ਮਾਮਲਿਆਂ ਨੂੰ ਦੇਖਦਿਆਂ ਮਹਾਰਾਸ਼ਟਰ 'ਚ 31 ਜੁਲਾਈ ਤੱਕ ਵਧਾਇਆ ਗਿਆ ਲਾਕਡਾਊਨ ਦੇਸ਼ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਮਹਾਰਾਸ਼ਟਰ 'ਚ ਇਸ ਦੇ ਪ੍ਰਕੋਪ ਨੂੰ ਦੇਖਦਿਆਂ ਲਾਕਡਾਊਨ 31 ਜੁਲਾਈ ਤੱਕ ਲਈ ਵਧਾ ਦਿੱਤਾ ਗਿਆ ਹੈ ਹਾਲਾਂਕਿ ਲਾਕਡਾਊਨ ਦੌਰਾਨ ਸੂਬੇ 'ਚ ਸਾਰੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ 1 ਜੁਲਾਈ ਤੋਂ ਸ਼ੁਰੂ ਹੋਵੇਗੀ ਚਾਰ ਧਾਮ ਯਾਤਰਾ ਉੱਤਰਾਖੰਡ ਸਰਕਾਰ ਨੇ ਚਾਰੇ ਧਾਮਾਂ ਦੀ ਫਿਰ ਤੋਂ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਉੱਤਰਾਖੰਡ ਦੇ ਚਾਰੇ ਧਾਮ ਕੇਦਾਰਨਾਥ ਬਦਰੀਨਾਥ ਗੰਗੋਤਰੀ ਅਤੇ ਯਮੁਨੋਤਰੀ ਦੀ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ ਪਰ ਇਸ ਯਾਤਰਾ ਦਾ ਲਾਭ ਸਿਰਫ ਉੱਤਰਾਖੰਡ ਦੇ ਲੋਕ ਹੀ ਲੈ ਸਕਣਗੇ ਸਰਕਾਰ ਵੱਲੋਂ ਜਾਰੀ ਨਵੀਂ ਗਾਈਡਲਾਈਨਸ ਮੁਤਾਬਕ ਸੀਮਤ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇਗੀ ਉਤਰਾਖੰਡ ਚਾਰ ਧਾਮ ਦੇਵ ਸਥਾਨਮ ਬੋਰਡ ਦੇ ਸੀਈਓ ਰਵੀਨਾਥ ਰਮਨ ਮੁਤਾਬਿਕ ਫਿਲਹਾਲ ਸੂਬੇ ਦੇ ਲੋਕਾਂ ਨੂੰ ਹੀ ਯਾਤਰਾ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਇਸ ਲਈ ਸ਼ਰਧਾਲੂਆਂ ਨੂੰ ਸਬੰਧਿਤ ਧਾਮ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਹੋਵੇਗੀ ਯਾਤਰਾ ਦੀ ਇਜਾਜ਼ਤ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ ਯਾਤਰਾ ਲਈ ਅਪਲਾਈ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ ਤੇ ਕੀਤਾ ਜਾ ਸਕਦਾ ਹੈ ਸਥਾਨਕ ਪ੍ਰਸ਼ਾਸਨ ਤੋਂ ਯਾਤਰਾ ਪਾਸ ਜਾਰੀ ਹੋਣ ਤੋਂ ਬਾਅਦ ਹੀ ਲੋਕ ਤੀਰਥ ਯਾਤਰਾ ਕਰ ਸਕਣਗੇ dia no ਡਰੋਨ ਨਾਲ ਕਾਬੂ ਕਰਨ ਵਾਲਾ ਭਾਰਤ ਦੁਨੀਆ ਦਾ ਪਹਿਲਾ ਦੇਸ਼ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਟਿੱਡੀਆਂ ਨੂੰ ਕਾਬੂ ਕਰਨ ਲਈ ਡਰੋਨ ਦੀ ਵਰਤੋਂ ਕਰਨ ਵਾਲਾ ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ ਖੇਤੀਬਾੜੀ ਰਾਜ ਮੰਤਰੀ ਨੇ ਕਿਹਾ ਹੈ ਕਿ ਜੇ Rajasthan ਨੇ ਸਹਿਯੋਗ ਕੀਤਾ ਹੁੰਦਾ ਤਾਂ ਟਿੱਡੀਆਂ ਨੂੰ ਫੈਲਣ ਤੋਂ ਪਹਿਲਾਂ ਹੀ ਕਾਬੂ ਵਿੱਚ ਕਰ ਲਿਆ ਗਿਆ ਹੁੰਦਾ ਖੇਤੀਬਾੜੀ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਪਹਿਲਾ ਦੇਸ਼ ਹੈ ਜਿਸ ਨੇ ਸਾਰੇ ਪ੍ਰੋਟੋਕਾਲ ਨੂੰ ਪੂਰਾ ਕਰਨ ਤੇ ਵਿਧਾਨਿਕ ਪ੍ਰਵਾਨ ਮਿਲਣ ਪਿਛੋਂ ਟਿੱਡੀਆਂ ਨੂੰ ਕੰਟਰੋਲ ਕਰਨ ਲਈ ਡਰੋਨ ਦੀ ਵਰਤੋਂ ਕੀਤੀ। ਜ਼ਿਆਦਾ ਧਿਆਨ ਰਾਜਸਥਾਨ 'ਚ ਕੇਂਦ੍ਰਿਤ ਰਿਹਾ ਜਿੱਥੇ ਵੱਦ ਤੋਂ ਵੱਧ ਸਰੋਤਾਂ ਦੀ ਵਰਤੋਂ ਕੀਤੀ ਗਈ। ਰਾਜਸਥਾਨ ਦੇ ਨਾਲ ਹੀ ਹਰਿਆਣਾ ਤੇ ਉੱਤਰ ਪ੍ਰਦੇਸ਼ 'ਚ ਟਿੱਡੀਆਂ ਦੇ ਵੱਲ ਨੂੰ ਕਾਬੂ ਕਰਨ ਲਈ ਖੇਤੀਬਾੜੀ ਵਿਭਾਗ ਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਵੀ ਲੱਗਾ ਹੈ। ਸੂਬਿਆਂ ਦੀ ਮਦਦ ਲਈ ਕੇਂਦਰ ਤੋਂ ਵੀ ਟੀਮਾਂ ਭੇਜੀਆਂ ਗਈਆਂ ਹਨ। ਕੇਂਦਰੀ ਕਾਸ਼ਤਕਾਰੀ ਤੇ ਕਿਸਾਨ ਭਲਾਈ ਰਾਜ ਮંત્રી ਕੇਲਾਸ਼ ਚੌਧਰੀ ਨੇ ਕਿਹਾ ਹੈ ਕਿ ਜੇ ਰਾਜਸਥਾਨ ਸਰਕਾਰ ਨੇ ਸਹਿਯੋਗ ਕੀਤਾ ਹੁੰਦਾ ਤਾਂ ਟਿੱਡੀਆਂ ਦੂਜੇ ਸੂਬਿਆਂ ਤੱਕ ਨਾ ਪੁੱਜ ਸਕਦੀਆਂ ਉਹਨਾਂ ਨੂੰ ਰਾਜਸਥਾਨ ਛੇ ਕਾਬੂ ਕਰ ਲਿਆ ਗਿਆ ਹੁੰਦਾ ਟਿੱਡੀਆਂ ਨੂੰ ਕੰਟਰੋਲ ਦਾ ਕਰਨ ਦਾ ਕੰਮ ਸਰਹੱਦੀ ਖੇਤਰਾਂ ਵਿੱਚ ਹੀ ਹੋ ਸਕਦਾ ਸੀ ਤੇ ਰਾਜਸਥਾਨ ਸਰਕਾਰ ਦੇ ਸਹਿਯੋਗ ਨਾਲ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਸੀ ਪਰ ਰਾਜਸਥਾਨ ਸਰਕਾਰ ਨੇ ਇਸ ਦਿਸ਼ਾ ਵਿੱਚ ਕੋਈ ਪਹਿਲ ਨਹੀਂ ਕੀਤੀ ਤੇ ਸਰਹੱਦੀ ਖੇਤਰਾਂ 'ਚ ਟਿੱਡੀਆਂ ਨੂੰ ਕਾਬੂ ਨਾ ਕੀਤਾ ਜਾ ਸਕਿਆ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਟਿੱਡੀਆਂ ਨੂੰ ਰੋਕਣ ਲਈ Rajasthan ਸਰਕਾਰ ਨੂੰ 14 ਕਰੋੜ ਰੁਪਏ ਦਿੱਤੇ ਸਨ ਇਸ ਦੇ ਬਾਵਜੂਦ Rajasthan ਸਰਕਾਰ ਨੇ ਪਾਕਿਸਤਾਨ ਤੋਂ ਸੂਬੇ ਵਿੱਚ ਟਿੱਡੀਆਂ ਦੇ ਦਾਖਲੇ ਨੂੰ ਰੋਕਣ ਲਈ ਕੋਈ ਪ੍ਰਭਾਵਸ਼ਾਲੀ ਉਪਾਏ ਨਹੀਂ ਕੀਤਾ ਸਰਕਾਰ ਨੇ ਪੀਪੀ ਕਿੱਟ ਦੀ ਬਰਾਮਦਗੀ ਦੁਬਾਰਾ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਮੇਕ ਇਨ ਇੰਡੀਆ ਨੂੰ ਵਧਾਵਾ ਸਰਕਾਰ ਵੱਲੋਂ ਸੋਮਵਾਰ ਨੂੰ 50 ਲੱਖ ਦੇ ਮਾਸੀ ਕੋਟਾ ਨਾਲ ਵਿਅਕਤੀਗਤ ਸੁਰੱਖਿਆ ਉਪਕਰਨ ਮੈਡੀਕਲ ਕਵਰਲ ਦੇ ਬਰਾਮਦ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਹੁਣ ਤੱਕ ਐਕਸਪੋਰਟ ਪ੍ਰਤੀਬੰਧਿਤ ਸੀ ਦੇਸ਼ ਚ ਫੈਲਦੇ ਕਰੋਨਾ ਵਾਇਰਸ ਦੇ ਸੰਕਰਮਣ ਤੇ ਹਸਪਤਾਲਾਂ ਚ ਪੀਪੀ ਕਿੱਟਸ ਦੀ ਕਮੀ ਕਾਰਨ ਸਰਕਾਰ ਨੇ ਇਹਨਾਂ ਦਾ ਐਕਸਪੋਰਟ ਰੋਕ ਦਿੱਤਾ ਸੀ ਕੇਂਦਰ ਸਰਕਾਰ ਦਾ ਵੱਡਾ ਫੈਸਲਾ ਟਿਕਟੌਕ ਸਮੇਤ 59 ਚੀਨੀ ਐਪ ਬਾਰਤជ្រ ਹੋਏ ਪੈਨ ਲਦਾਖ ਚ ਚੀਨ ਨਾਲ ਜਾਰੀ ਤਣਾਅ ਵਿਚਾਲੇ ਸਰਕਾਰ ਨੇ ਚੀਨ ਖਿਲਾਫ ਆਰਥਿਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋਮਵਾਰ ਨੂੰ ਆਈਟੀ ਤੇ ਇਲੈਕਟ੍ਰੋਨਿਕਸ ਮੰਤਰਾਲੇ ਨੇ ਭਾਰਤ ਚ ਪਰਚਲਲੇ ਚੀਨ ਦੀਆਂ 59 ਐਪ ਤੇ ਪਾਬੰਦੀਆਂ ਲਾ ਦਿੱਤੀਆਂ ਹਨ ਇਨਾਂ ਚ ਟਿਕਟੌਕ ਹੈਲੋ ਵੀਚਟ ਯੂਸੀ ਬ੍ਰਾਊਜ਼ਰ ਵਰਗੇ ਪ੍ਰਮੁੱਖ ਐਪ ਵੀ ਸ਼ਾਮਿਲ ਹਨ ਉੱਤੇ ਚੀਨ ਤੋਂ ਡਰਾਮਾ ਤੇ ਲਗਾਮ ਲਈ ਵੀ ਮੰਥਨ ਸ਼ੁਰੂ ਹੋ ਗਿਆ ਹੈ ਸਨਤੀ ਸੰਗਠਨਾ ਨਾਲ ਸਲਾਹ مشورہ ਸ਼ੁਰੂ ਹੋ ਗਿਆ ਹੈ ਕਿ ਕਦੋਂ ਤੇ ਕਿਵੇਂ ਡਰਾਮਾ ਤੇ ਰੋਕ ਲਾਈ ਜਾ ਸਕਦੀ ਹੈ ਸੋਮਵਾਰ ਨੂੰ ਸਰਕਾਰ ਨੇ ਇਸੇ ਮਾਪਦੰਡ ਤੇ ਫੈਸਲਾ ਕੀਤਾ ਹੈ ਕਿ ਚੀਨ ਦੇ ਇਹ 59 ਐਪ ਭਾਰਤ ਦੀ ਪ੍ਰਭੂਸਤਾ ਅਖੰਡਤਾ ਤੇ ਸੁਰੱਖਿਆ ਨੂੰ ਲੈ ਕੇ ਖਤਰਾ ਹਨ ਇਸ ਲਈ ਸਰਕਾਰ ਨੇ ਆਈਟੀ ਐਕਟ ਦੇ 69 ए ਸੈਕਸ਼ਨ ਤਹਿਤ ਇਹਨਾਂ 59 ਐਪ ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ ਸਰਕਾਰ ਨੂੰ ਨਾ ਆਪ ਦੀ ਗਲਤ ਵਰਤੋਂ ਨੂੰ ਲੈ ਕੇ ਵੀ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ ਐਲਏਸੀ ਤੇ ਤਣਾ ਘਟ ਕਰਨ ਲਈ ਭਾਰਤ ਤੇ ਚੀਨ ਦਰਮਿਆਨ ਹੁਣ ਹਰ ਹਫਤੇ ਹੋਵੇਗੀ ਗੱਲਬਾਤ ਪੂਰਬੀ ਲਦਾਖ 'ਚ ਐਲਏਸੀ ਤੇ ਤਣਾਅ ਘਟ ਕਰਨ ਨੂੰ ਲੈ ਕੇ ਤਰੀਕੇ ਖੋਜਣ ਲਈ ਹੁਣ ਭਾਰਤ ਤੇ ਚੀਨ ਹਰ ਹਫਤੇ ਗੱਲਬਾਤ ਕਰਨਗੇ ਸਰਕਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਹੈ ਕਿ ਦੋਵੇਂ ਦੇਸ਼ਾਂ ਦਰਮਿਆਨ ਇਸ ਗੱਲ 'ਤੇ ਸਹਿਮਤੀ ਬਣੀ ਹੈ ਕਿ ਪੂਰਬੀ ਲਦਾਖ 'ਚ ਜਾਰੀ ਤਣਾਅ ਦੇ ਮਸਲੇ ਤੇ ਚਰਚਾ ਲਈ ਡਬਲਯੂ ਐਮ ਸੀ ਸੀ ਦੀ ਬੈਠਕ ਹਰ ਹਫਤੇ ਹੋਵੇਗੀ ਉਕਤ ਗੱਲਬਾਤ ਵਿੱਚ ਭਾਰਤੀ ਪਾਕ ਤੋਂ ਵਿਦੇਸ਼ ਮੰਤਰਾਲਾ ਰੱਖਿਆ ਮੰਤਰਾਲਾ ਗ੍ਰਹਿ ਮੰਤਰਾਲਾ ਤੇ ਸੁਰੱਖਿਆ ਬਲਾਂ ਸਮੇਤ ਕਈ ਮੰਤਰਾਲਿਆਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ ਵਿਸ਼ਵ ਬੈਂਕ ਨੇ ਸਿੱਖਿਆ ਸੁਧਾਰ ਲਈ 3700 ਕਰੋੜ ਰੁਪਏ ਦੇ ਖਰਚ ਨੂੰ ਦਿੱਤੀ ਮਨਜ਼ੂਰੀ ਵਿਸ਼ਵ ਬੈਂਕ ਨੇ ਕਿਹਾ ਹੈ ਕਿ ਉਸ ਦੇ ਕਾਰਜਕਾਰੀ ਬੋਰਡ ਆਫ ਡਾਇਰੈਕਟਰ ਨੇ 6 ਭਾਰਤੀ ਸੂਬਿਆਂ ਸਕੂਲੀ ਸਿੱਖਿਆ ਦੀ ਗੁਣਵੱਤਾ ਤੇ ਸੰਚਾਲਨ ਸੁਧਾਰ ਲਈ 500 ਕਰੋੜ ਡਾਲਰ ਕਰੀਬ 3700 ਕਰੋੜ ਰੁਪਏ ਦੇ ਕਰਜ਼ ਨੂੰ ਮਨਜ਼ੂਰੀ ਦਿੱਤੀ ਹੈ ਵਿਸ਼ਵ ਬੈਂਕ ਮੁਤਾਬਕ ਬੀਟੀ 24 ਜੂਨ ਨੂੰ ਇਹ ਫੈਸਲਾ ਕੀਤਾ ਗਿਆ ਸੀ ਵਿਸ਼ਵ ਬੈਂਕ ਮੁਤਾਬਕ 15 ਲੱਖ ਸਕੂਲਾਂ 'ਚ ਪੜ ਰਹੇ 6 ਤੋਂ 17 ਸਾਲ ਦੇ 25 ਕਰੋੜ ਵਿਦਿਆਰਥੀ ਤੇ 1 ਕਰੋੜ ਤੋਂ ਵੱਧ ਅਧਿਆਪਕ ਇਸ ਪ੍ਰੋਗਰਾਮ 'ਚੋਂ ਲਾਭ ਲੈ ਸਕਣਗੇ ਟੀਚਿੰਗ ਲਰਨਿੰਗ ਐਂਡ ਰਿਜ਼ਲਟਸ ਫਾਰ ਸਟੇਟ ਪ੍ਰੋਗਰਾਮ ਸਟਾਰ ਸਰਕਾਰੀ ਸਕੂਲਾਂ ਸਿੱਖਿਆ ਨੂੰ ਮਜ਼ਬੂਤੀ ਦੇਣ ਤੇ ਹਰ ਕਿਸੇ ਨੂੰ ਸਿੱਖਿਆ ਮੋਹਿਆ ਕਰਵਾਉਣ ਲਈ 1994 ਤੋਂ ਭਾਰਤ ਤੇ ਵਿਸ਼ਵ ਬੈਂਕ ਦੇ ਰਿਸ਼ਤੇ ਦੀ ਠੋਸ ਬੁਨਿਆਦ ਤੇ ਤਿਆਰ ਹੋਇਆ ਹੈ स्टार्ट्स प्रोग्राम ਤੋਂ ਪਹਿਲਾਂ ਵਿਸ਼ਵ ਬੈਂਕ ਨੇ ਇਸ ਦਿਸ਼ਾ 'ਚ 3 ਅਰਬ ਡਾਲਰ ਦੀ ਸਹਾਇਤਾ ਦਿੱਤੀ ਸੀ ਬਿਆਨ ਕੀਤਾ ਗਿਆ ਹੈ ਕਿ ਸਟਾਰਸ ਪ੍ਰੋਗਰਾਮ ਜ਼ਰੀਏ ਸਮੁੱਚੀ ਸਿੱਖਿਆ ਰਾਹੀਂ ਰਾਸ਼ਟਰੀ ਪੱਧਰ ਤੇ ਅਤੇ ਹਿਮਾਚਲ ਪ੍ਰਦੇਸ਼, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ ਤੇ ਰਾਜਸਥਾਨ ਵਰਗੇ ਸੂਬਿਆਂ ਨਾਲ ਭਾਈਵਾਲੀ ਚ ਮੁਲਾਂਕਣ ਪ੍ਰਣਾਲੀ ਨੂੰ ਬਿਹਤਰ ਬਣਾਉਣ 'ਚ ਮਦਦ ਮਿਲੇਗੀ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਤਕਲੀ ਤੁਸੀਂ ਵੇਖਦੇ ਰਹੋ ਸਾਹਿਤ ਵੈਪ ਟੀਵੀ